ਸਾਂਝਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਵੈਸਟ ਪ੍ਰਾਈਜ਼ ਮਾਲ ਭੁੱਚੋ ਖੁਰਦ ਅੱਗੇ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਚੱਲ ਰਿਹਾ, ਲਗਾਤਾਰ ਧਰਨਾ ਜਾਰੀ ਹੈ। ਅੱਜ 31 ਜੁਲਾਈ ਨੂੰ ਜੋ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇੱਥੇ ਸਾਰਿਆਂ ਵੱਲੋਂ ਮਨਾਇਆ ਗਿਆ ਹੈ, ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂ ਬਲਜੀਤ ਸਿੰਘ ਪੂਲਾ ਜੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨੀ ਸੰਘਰਸ਼ ਬਾਰੇ, ਜਾਂ ਆਉਣ ਵਾਲੇ ਜਿਹੜੇ ਸੰਘਰਸ਼ ਦੀਆਂ ਲੀਹਾਂ ਨੇ ਉਹ ਕਿਸ ਤਰ੍ਹਾਂ ਮਤਲਬ ਚਲਾਈਆਂ ਜਾਂਦੀਆਂ ਨੇ, ਗੱਲ ਕਰਦੇ ਹਾਂ ਬਲਜੀਤ ਸਿੰਘ ਪੂਲਾ ਜੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਂਝਾ ਟੀਵੀ 'ਤੇ। ਅਤੇ ਅੱਜ ਮਤਲਬ ਜਿਹੜਾ ਇੱਥੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਤੁਸੀਂ ਜਿਹੜਾ ਮਨਾਇਆ, ਉਹਦੇ ਬਾਰੇ ਜਾਂ ਮਤਲਬ ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣ ਬਾਰੇ, ਆਉਣ ਵਾਲਾ ਜਿਹੜਾ ਤੁਹਾਡਾ ਸੰਘਰਸ਼ ਮਤਲਬ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ, ਕੀ ਜਾਣਕਾਰੀ ਦੇ? ਅੱਜ ਅਸੀਂ ਸਾਡੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਕਿਉਂਕਿ ਜੋ ਵੀ ਸਾਡੇ ਸ਼ਹੀਦ ਸਾਡੇ ਲੋਕਾਂ ਖਾਤਰ ਆਪਣੀਆਂ ਜਾਨਾਂ ਵਾਰ ਗਏ, ਉਹਨਾਂ ਫਿਰ ਲੋਕਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਈਏ ਅਤੇ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਰਾਹ 'ਤੇ ਚੱਲਣ ਦਾ ਐਦ ਕਰੀਏ। ਅੱਜ ਸ਼ਹੀਦੀ ਦਿਹਾੜਾ ਸਰਕਾਰਾਂ ਵੀ ਮਨਾ ਰਹੀਆਂ, ਉਹ ਹਾਕਮ ਵੀ ਮਨਾ ਰਹੇ ਆ ਜਿਹੜੇ ਨੇ ਸਾਡੇ ਉਹਨਾਂ ਸ਼ਹੀਦਾਂ ਦੇ ਉਲਟ ਜਾ ਕੇ ਸ਼ਹੀਦ ਕਰਨ ਵਾਲਿਆਂ ਦੀ ਪਾਲਣਾ ਕੀਤੀ ਆ ਅਤੇ ਉਹਨਾਂ ਦੇ ਦਿੱਤੇ ਹੋਏ ਕਾਨੂੰਨ, ਉਹਨਾਂ ਦੀਆਂ ਦਿੱਤੀਆਂ ਹੋਈਆਂ ਨੀਤੀਆਂ 'ਤੇ ਚੱਲ ਰਹੇ ਆ, ਉਹ ਵੀ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਆ। ਪਰ ਅਸੀਂ ਅੱਜ ਸ਼ਹੀਦੀ ਦਿਹਾੜਾ ਮਨਾਉਣ ਦੇ ਨਾਲ ਨਾਲ ਐਦ ਕਰ ਰਹੇ ਹਾਂ ਕਿ ਸ਼ਹੀਦੋ, ਜਿਹੜੀ ਗੱਲ ਖਾਤਰ ਤੁਸੀਂ ਕੁਰਬਾਨੀਆਂ ਦਿੱਤੀਆਂ, ਜਿਹੜੀ ਆਜ਼ਾਦੀ ਖਾਤਰ ਸਾਡੇ 1919 'ਚ ਲੜ ਰਹੇ ਲੋਕਾਂ 'ਤੇ ਇਸ ਜਰਨਲ ਡਾਇਰ ਨੇ ਗੋਲੀਆਂ ਮਾਰੀਆਂ, ਉਹ ਗੋਲੀਆਂ ਦਾ ਬਦਲਾ ਸਾਡੇ ਇਸ ਮਹਾਨ ਸ਼ਹੀਦ ਨੇ ਲਿਆ। ਉਹਨਾਂ ਨੇ ਗੋਲੀਆਂ ਕਿਉਂ ਖਾਧੀਆਂ, ਅਸਲੀ ਤਾਂ ਗੱਲ ਇੱਥੇ ਪਈ ਆ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ ਉਹ ਇਹਨਾਂ ਸਾਰੇ ਲਟੇਰਿਆਂ ਤੋਂ, ਸਾਮਰਾਜੀਆਂ ਤੋਂ। ਪਰ ਅੱਜ ਦੇਸ਼ ਆਜ਼ਾਦ ਨਹੀਂ ਹੈ, ਬੇਸ਼ੱਕ ਇੱਥੇ ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਨੂੰ 72 ਸਾਲ ਹੋ ਗਏ, ਪਰ ਅਸਲ 'ਚ ਦੇਸ਼ ਨਹੀਂ ਆਜ਼ਾਦ ਹੋਇਆ ਪੂਰਾ। ਕੁਛ ਲੋਕ 5-7% ਲੋਕ ਆਜ਼ਾਦ ਹੈ, ਜਿਹੜੇ ਅੱਜ ਰਾਜ ਭਾਗ 'ਤੇ ਕਾਬਜ਼ਾ, ਜੰਗੀਰਦਾਰ ਆ, ਬਹੁਕੌਮੀ ਕੰਪਨੀਆਂ, ਵੱਡੇ ਲਟੇਰੇ ਆ, ਉਹੀ ਆਜ਼ਾਦ ਆ। ਕਿਉਂਕਿ ਜੇ ਇੱਥੇ ਆਜ਼ਾਦੀ ਹੋਵੇ, ਜੇ ਇੱਥੇ ਲੋਕਤੰਤਰ ਹੋਵੇ, ਜੇ ਇੱਥੇ ਲੋਕਾਂ ਦਾ ਚੁਣਿਆ ਹੋਇਆ ਰਾਜ ਹੋਵੇ, ਫਿਰ ਆਹ ਸਾਨੂੰ 8 ਮਹੀਨਿਆਂ ਤੋਂ ਜਾਣੀ ਦਿੱਲੀ ਦੀਆਂ ਬਰੂਹਾਂ 'ਤੇ ਬੈਠਣ ਦੀ ਲੋੜ ਨਹੀਂ ਸੀ। ਫਿਰ ਤਾਂ ਸਾਡਾ ਇੱਕ ਇਸ਼ਾਰੇ ਨਾਲ ਹੀ ਇਹ ਮਸਲੇ ਹੱਲ ਹੋ ਜਾਣੇ ਸੀ ਜਿਹੜੇ ਕਾਲੇ ਕਾਨੂੰਨ ਬਣਾਏ ਆ। ਪਰ ਅਸਲੀ ਇਹ ਸਾਮਰਾਜੀਆਂ ਦੀਆਂ ਉਹੀ ਨੀਤੀਆਂ ਜਿਹੜੀਆਂ ਪਹਿਲਾਂ ਦੇਸ਼ ਗੁਲਾਮ ਵੇਲੇ ਸੀ, ਉਹਨਾਂ ਦੀ ਕੋਈ ਭੁਗਤ ਹੈ, ਉਹਨਾਂ ਦਾ ਹੀ ਰਾਜ ਚੱਲ ਰਿਹਾ ਹੈ। ਮੋਦੀ ਵਰਗਿਆਂ ਦਾ ਤਾਂ ਜਿਵੇਂ ਇੱਥੇ ਫੋਟੋਆਂ ਬਣਾਈਆਂ ਹੋਈਆਂ ਕਿ ਬਾਂਦਰ ਬਣਾ ਕੇ ਅਡਾਨੀ ਅਡਾਨੀਆਂ ਦੇ ਸੰਗਲ ਉਹਦੇ ਗਲ 'ਚ ਪਏ ਹੋਏ ਆ, ਉਹੀ ਕੁਛ ਆ ਇਹ ਅਸਲੀ ਬਾਂਦਰ ਬਣਿਆ ਹੋਇਆ। ਉਹਨਾਂ ਦੇ ਤਰ੍ਹਾਂ ਹੀ ਖੇਡਾਂ ਪਾਉਂਦਾ ਮੋਦੀ, ਤਾਂ ਉਹਦੇ ਮੁਤਾਬਕ ਹੀ ਜਿਵੇਂ ਉਹ ਡਫਲੀ ਵਜਾਉਂਦੇ ਆ ਉਵੇਂ ਖੇਡਾਂ ਪਾਉਂਦਾ। ਸੋ ਇਸ ਕਰਕੇ ਅਸੀਂ ਅੱਜ ਐਦ ਕੀਤਾ ਕਿ ਜਿਹੜੇ ਸਾਡੇ ਸ਼ਹੀਦਾਂ ਨੇ ਸਾਡੇ ਖਾਤਰ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ, ਉਹ ਆਜ਼ਾਦੀ ਦੀ ਲੜਾਈ ਅਸੀਂ ਲੜ ਰਹੇ ਹਾਂ ਅਸਲ ਦੇ ਵਿੱਚ। ਜੇ ਇਹ ਕਾਨੂੰਨ ਹੈ ਜਿਹੜੇ ਲਿਆਂਦੇ ਆ, ਇਹ ਵੀ ਜੇ ਇਹ ਨਹੀਂ ਵਾਪਸ ਹੁੰਦੇ, ਫਿਰ ਇਹਦਾ ਮਤਲਬ ਅਸੀਂ ਹੋਰ ਗੁਲਾਮ ਹੋਣਾ। ਸਾਡੇ ਕਿਰਤੀ ਲੋਕਾਂ ਨੇ, ਆਮ ਇਹਨੂੰ ਕਿਹਾ ਜਾਂਦਾ ਕਿ ਕਿਸਾਨੀ ਕਾਨੂੰਨ ਹੈ, ਅਸੀਂ ਕਹਿੰਦੇ ਹਾਂ ਨਹੀਂ, ਕਿਸਾਨੀ ਕਾਨੂੰਨ ਨਹੀਂ, ਕਿਸਾਨੀ ਕਾਨੂੰਨ ਕਹਿ ਕੇ ਇਹਨਾਂ ਦਾ ਦਾਇਰਾ ਛੋਟਾ ਕੀਤਾ ਜਾਂਦਾ। ਇਹ ਅਸਲੀ ਕਿਰਤੀ ਲੋਕ ਵਿਰੋਧੀ ਕਾਨੂੰਨ ਹੈ, ਜਿਹਦਾ ਮਤਲਬ ਕੀ ਹੈ ਕਿ 90% ਲੋਕਾਂ ਦੇ ਵਿਰੋਧੀ ਕਾਨੂੰਨ ਹੈ। ਕਿਸਾਨੀ ਕਾਨੂੰਨ ਕਿਵੇਂ ਹੋਏ? ਜੇ ਮਤਲਬ ਇੱਥੇ ਸਰਕਾਰੀ ਖਰੀਦ ਖਤਮ ਹੁੰਦੀ ਹੈ, ਸਰਕਾਰੀ ਖਰੀਦ ਦੇ ਨਾਲ ਮੰਡੀਆਂ ਨੇ ਜਾਣਾ, ਉੱਥੇ ਜਿਹੜੇ ਇੰਸਪੈਕਟਰ ਬੋਲੀ ਲਾਉਂਦੇ ਉਹਨਾਂ ਨੇ ਜਾਣਾ, ਜਿਹੜੇ ਉੱਥੇ ਕਿਰਤ ਕਰਦੇ ਧਾਣ ਕੇ ਉਹਨਾਂ ਨੇ ਜਾਣਾ, ਫਿਰ ਜਿਹੜੇ ਇੱਥੇ ਆਪਣੀਆਂ ਹੋਰ ਕਿੰਨੇ ਹੀ ਅਦਾਰੇ ਆ, ਟਰੱਕ ਯੂਨੀਅਨ ਆ, ਉਹ ਭਾੜਾ ਢੋਦੇ ਉਹਨਾਂ ਨੇ ਜਾਣਾ, ਫਿਰ ਇਹ ਇਕੱਲੀ ਕਿਸਾਨੀ ਨਾਲ ਕਿਵੇਂ ਜੁੜੇ ਹੋਏ? ਆਹੀਂ ਜਿਹੜਾ ਅਗਲਾ ਕਾਨੂੰਨ ਹੈ ਜਿਹੜਾ ਖੁੱਲ੍ਹ ਦਿੱਤੀ ਹੈ ਇਹਨਾਂ ਨੂੰ ਕਿ ਤੁਸੀਂ ਜਿਹੜੀਆਂ ਲੋਕਾਂ ਦੇ ਖਾਣ ਵਾਲੀਆਂ ਜਿਣਸਾਂ, ਤੇਲ ਆ, ਕੋਈ ਕਣਕ ਆ, ਚੌਲ ਆ, ਕੁਛ ਵੀ ਆ, ਉਹਨਾਂ ਨੂੰ ਖੁੱਲ੍ਹ ਦੇਤੀ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਸਕਦੇ ਹੋ। ਭਲਾ ਇਹ ਥੋੜ੍ਹੀ ਜਿਹੀ ਉਦਾਹਰਨ ਲੈ ਲਓ, ਅੱਜ ਗੰਢੇ
स्टोर किए हुए है कितने जा वड़े उन्हों का रेट उन्हों तो रुपये दो रुपये किलो खरीदे गए किसान तो अज सरों नू एक बंदे ने लेके स्टोर कर लिया उन्हें अज सरों का की बनाता अज खल कितनी महंगी हो गई अज तेल कितना महंगा हो गया इस तरह जदों कणक इन्हां अदानी वानिया के हाथ च जानी है फिर यह आटा 20 रुपये 25 रुपये किलो नहीं मिलना फिर ये 100 होर लगेगा यदा मतलब 125 तो 150 रुपये किलो मिलेगा फिर एक किसानी कानून किमें होए फिर किन्ने लोगों ने लेके आटा खाना किन्ने ने रोटी ढिड ने तो भालनी है किन्ने लोगों ने खानी है इस करके यह कानून का दायरा बहुत लोगों पर असर पाना है यू खत्म करने खातर आने वाले दिनों च असी जो यूपी चोणा हो जा रही इधरों सारिया जथेबंदियां संयुक्त मोर्चे ने फैसला किया कि असी यूपी दे विच जाके बड़े मजारे करके बड़े कट करके लोगों नू दसना भी यह बीजेपी हुकूमत है जिहड़ी यह अदानी अंबानियां दी बुक्कल च खेड रही है उन्होंने लियांदे होए कानून चला रही है वो लोगों तो असी यह पूरा इन्हों का विरोध करके इन्हों नू जिहड़ी यह आस लई बैठे भी यूपी च सरकार बना देंगे वो खत्म करना उत्थों क्योंकि पहला पंचायती चोणा हुई यूपी इन्हों एक सीट भी नहीं मिली जे पंचायती चोणा चो सीट नहीं मिली जिंद सरकार है फिर यह आने वाली चोणों का मतलब ही नहीं होर असी यह बड़ा घेरा करने खातर यूपी दे विच आउण दे जाण दे प्रोग्राम है ये दो गाह ठेका मुलाजमान के प्रोग्राम आ रहे हैं 3-4 चोदी भी असी हमायत करनी जच के और दो गाह 9, 10 ते 11 का प्रोग्राम है जोड़ा वो मजदूरों का पेंडू खेत मजदूरों का प्रोग्राम आ रहे हैं जेड़े वो अपनियां मंगां ते लड़ रहे हैं साड़ी उन्होंने भी हमायत है जिते उन्हां दा लंगर पानी चाह पानी का प्रबंध करना उत्थे असी उन्हां वास्ते जिथों तक साथों मंगणगे जे वह गड्डियां मंगणगे असी गड्डियां का प्रबंध करके देवांगे जे वह फंड मंगणगे असी फंड का प्रबंध करके देवांगे जिहदा मतलब की है कि असी समझदे हां जिन्ना चिर किसानां ते मजदूरां दी किरत करन वाले कुल तबके की गलबकड़ी नहीं पैंदी पूरी कलंकड़ी नहीं पैंदी उन्ना चिर जो कुछ असी करना चाहते हैं यह राज पलटा करना चाहते हैं असी लोगों का राज लिया चाहते हैं लोगों के भुगत वाला राज लिया चाहते हैं उन्ना चिर यह राज नहीं आना इस करके यह साड़ी नीति पॉलिसी है कि असी किरती लोगों समूह लोगों लेके चलना वेद असी मजदूरों लेके चलना क्योंकि 33% बेजमीने मजदूर है वो 15% साढ़े किसान बेजमीने हो गए जिहदा मतलब 48% लोग जे असी इन्हां नूं खेती कानून कहने जे जमीनां दी गल करदे आ फिर उन्हां दा तां मतलब नहीं रहा इन्हां दा क्योंकि असी जमीनां बचाउण दी गल करदे उन्हां कोल तां जमीन नहीं पर नहीं ये जमीनां बचाउण दी गल नहीं कल्ली इत्थे सारा कुछ बचाउण दी गल है इस करके असी लगे हुए हां कि इन्हां सारे लोगों नूं नाल लेके चलो ये सन जी बीकेजू ओगराहां दे बलजीत सिंह पूला जिन्हां ने खेती कानूनां दे नाल नाल जिहड़ा इन्हां कानूनां नाल होर मारू असर जिहड़े हैगे है आम लोकां ते किरती वर्ग ते पैणे है उहदे बारे जानकारी दित्ती है नाल ही नाल आउण वाले जिहड़े ठेका मुलाजम दा संघर्ष है उहनां दी हमायत बारे भी गल कही है नाल नाल खेत मजदूरां दा जो संघर्ष आउण वाले समें दे विच पटियाला दे विच होणा है उहदे बारे भी इन्हां ने हमायत दी गल कही है मैं सांझा टीवी तो हरमेल सागर कैमरामैन संदीप धालीवाल।